ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਦਾ ਸਵਾਗਤ। ਜਿੱਦਾਂ ਕਿ ਤੁਸੀਂ ਥੰਬਨੇਲ 'ਚ ਪੜ੍ਹਿਆ ਕਿ ਕੈਨੇਡਾ ਸਟੱਡੀ ਵੀਜ਼ਾ ਦੀ ਕੀ ਰਿਕੁਆਇਰਮੈਂਟ ਹੈ, ਸਾਰਿਆਂ ਨੂੰ ਪਤਾ ਵਾ ਕੀ ਰਿਕੁਆਇਰਮੈਂਟ ਹੁੰਦੀ ਹੈ, ਬਟ ਇਸ ਟਾਈਮ ਕੀ ਰਿਕੁਆਇਰਮੈਂਟ ਹੈ, ਵਟ ਇਜ਼ ਦਾ ਪ੍ਰੈਜੈਂਟ ਸਨੈਰੀਓ ਇਨ ਕੈਨੇਡਾ ਸਟੂਡੈਂਟ ਵੀਜ਼ਾ ਡਿਊਰਿੰਗ COVID-19, ਅੱਜ ਕੀ ਰਿਕੁਆਇਰਮੈਂਟ ਹੈ। ਇਹ ਰਿਕੁਆਇਰਮੈਂਟ ਅੱਜ ਅਸੀਂ ਜਾਣਾਂਗੇ ਗੌਰਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੋਂ। ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਖੋਲ੍ਹਣ ਜਾ ਰਹੇ ਹਾਂ ਜੋ ਤੁਹਾਨੂੰ ਨਜ਼ਰ ਆ ਰਹੀ ਹੈ। ਅੱਜ ਇਹਦੇ ਥਰੂ ਜਾਣਾਂਗੇ ਕਿ ਕੀ ਰਿਕੁਆਇਰਮੈਂਟ ਨੇ ਡਿਊਰਿੰਗ ਦਾ ਕਰੋਨਾ ਵਾਇਰਸ। ਲਓ ਜੀ, ਸਭ ਤੋਂ ਪਹਿਲਾਂ ਤੁਸੀਂ ਖੋਲ੍ਹਣਾ canada.ca, ਮੇਰੇ ਕੋਲ ਇਹ ਸਾਈਟ ਖੁੱਲ੍ਹੀ ਹੋਈ ਹੈ। ਦੋ ਲਿੰਕ ਆ ਰਹੇ ਅੱਗੇ, ਇੰਗਲਿਸ਼ 'ਚ ਪੜ੍ਹਨਾ ਤੁਸੀਂ ਜਾਂ ਫਰੈਂਚ ਦੇ ਵਿੱਚ ਪੜ੍ਹਨਾ। ਅਸੀਂ ਇੰਗਲਿਸ਼ ਨੂੰ ਕਲਿੱਕ ਕਰਦੇ ਹਾਂ। ਜਿੱਦਾਂ ਇੰਗਲਿਸ਼ ਨੂੰ ਕਲਿੱਕ ਕਰਦੇ ਹਾਂ, ਸਾਡਾ ਸਿਸਟਮ ਸਾਨੂੰ ਸਾਰੀ ਜਾਣਕਾਰੀ ਇੰਗਲਿਸ਼ ਦੀ ਦਿਖਾਏਗਾ। ਹੁਣ ਜਿੱਦਾਂ ਤੁਸੀਂ ਦੇਖ ਪਾ ਰਹੇ ਹੋ, ਗੌਰਮੈਂਟ ਆਫ ਕੈਨੇਡਾ ਦੀ ਸਾਈਟ ਖੁੱਲ੍ਹ ਚੁੱਕੀ ਹੈ। ਇੱਥੇ ਹਰ ਤਰ੍ਹਾਂ ਦੇ ਵੀਜ਼ੇ ਦੀ, ਹਰ ਤਰ੍ਹਾਂ ਦੀ ਇਨਫੋਰਮੇਸ਼ਨ ਹੈ। ਅਸੀਂ ਚੱਲਾਂਗੇ ਇਮੀਗ੍ਰੇਸ਼ਨ ਐਂਡ ਕੈਨੇਡਾ ਸਿਟੀਜਨਸ਼ਿਪ 'ਤੇ। ਜੋਬਸ ਬੈਂਕ ਵੀ ਹੈ ਇੱਥੇ, ਬਿਜ਼ਨਸ ਐਂਡ ਇੰਡਸਟਰੀਆਂ ਕੀ ਨੇ, ਪੂਰੀ ਕੈਨੇਡਾ ਗੌਰਮੈਂਟ ਦੀ ਸਾਈਟ ਹੈ। ਇਮੀਗ੍ਰੇਸ਼ਨ ਐਂਡ ਸਿਟੀਜਨਸ਼ਿਪ ਦੇ ਵਿੱਚ ਚੱਲਦੇ ਹਾਂ ਜੀ ਅਸੀਂ। ਦੈਨ ਅਪਲਾਈ ਟੂ ਟਰੈਵਲ, ਸਟੱਡੀ, ਵਰਕ ਔਰ ਇਮੀਗ੍ਰੇਟ ਟੂ ਕੈਨੇਡਾ, ਅਪਲਾਈ ਫੋਰ ਸਿਟੀਜਨਸ਼ਿਪ, ਪਰਮਾਨੈਂਟ ਰੈਜੀਡੈਂਟੀ ਕਾਰਡ ਔਰ ਰਿਫਿਊਜੀ ਪ੍ਰੋਟੈਕਸ਼ਨ। ਇਹਨਾਂ ਸਾਰੀਆਂ ਚੀਜ਼ਾਂ 'ਚੋਂ ਕੋਈ ਵੀ ਇੱਕ ਜੇਕਰ ਤੁਹਾਨੂੰ ਮੈਚ ਕਰਦਾ ਤਾਂ ਤੁਸੀਂ ਕਲਿੱਕ ਕਰਨਾ ਹੈ, ਤੁਸੀਂ ਇੱਥੇ ਚੱਲਣਾ। ਫਾਈਨਲੀ ਅਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਅਤੇ ਸਟੱਡੀ ਵੀਜ਼ਾ ਦੀ ਬਟਨ ਦੇ ਉੱਤੇ ਅਸੀਂ ਕਲਿੱਕ ਕਰਾਂਗੇ। ਇੱਥੇ ਲਿਖਿਆ ਅਪਲਾਈ ਫੋਰ ਔਰ ਐਕਸਟੈਂਡ ਸਟੱਡੀ ਪਰਮਿਟ ਔਰ ਸਟੂਡੈਂਟ ਵਰਕ ਪਰਮਿਟ। ਜੇ ਤੁਸੀਂ ਕੈਨੇਡਾ 'ਚ ਪੜ੍ਹਨ ਲਈ ਚੱਲੇ ਹੋ ਜਾਂ ਤੁਸੀਂ ਉੱਥੇ ਪੜ੍ਹ ਰਹੇ ਹੋ, ਤੁਸੀਂ ਆਪਣਾ ਵੀਜ਼ਾ ਰਿਨਿਊ ਕਰਾਉਣਾ ਜਾਂ ਤੁਸੀਂ ਵਰਕ ਪਰਮਿਟ ਵੀ ਅਪਲਾਈ ਕਰਨਾ ਸਟੂਡੈਂਟ ਵਰਕ ਪਰਮਿਟ, ਤਾਂ ਤੁਸੀਂ ਇੱਥੇ ਕਲਿੱਕ ਕਰਨਾ, ਜਿੱਦਾਂ ਕਿ ਅਸੀਂ ਇਹਨੂੰ ਕਲਿੱਕ ਕਰ ਲਿਆ ਹੁਣ। ਸੋ ਫਾਈਨਲੀ ਇਹ ਉਹ ਲੈਂਡਿੰਗ ਪੇਜ ਹੈ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲਣੀ ਹੈ ਅੱਜ ਕੀ ਰਿਕੁਆਇਰਮੈਂਟ ਹੈ ਕੈਨੇਡਾ ਦੇ ਸਟੱਡੀ ਵੀਜ਼ਾ ਦੀ। ਇੱਥੇ ਲਿਖਿਆ ਨਜ਼ਰ ਆ ਰਿਹਾ ਸਾਨੂੰ ਸਟੱਡੀ ਇਨ ਕੈਨੇਡਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਜੇਕਰ ਤੁਸੀਂ ਇੱਕ ਵਿਦੇਸ਼ੀ ਸਟੂਡੈਂਟ ਹੋ ਔਰ ਕੈਨੇਡਾ 'ਚ ਪੜ੍ਹਨਾ ਚਾਹੁੰਦੇ ਹੋ ਤਾਂ ਕੀ ਰਿਕੁਆਇਰਮੈਂਟਸ ਨੇ, ਕਲੀਅਰ ਸਾਹਮਣੇ ਲਿਖੀਆਂ ਹੋਈਆਂ। ਅਪਲਾਈ ਟੂ ਸਟੱਡੀ ਇਨ ਕੈਨੇਡਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਐਕਸਟੈਂਡ ਯੂਅਰ ਸਟੱਡੀ ਪਰਮਿਟ ਐਂਡ ਫਾਈਂਡ ਆਊਟ ਅਬਾਊਟ ਵਰਕਿੰਗ ਵਾਇਲ ਯੂ ਸਟੱਡੀ ਔਰ ਆਫਟਰ ਯੂਅਰ ਗ੍ਰੈਜੂਏਟ। ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇੱਥੇ ਦਿੱਤੀ ਗਈ ਹੈ। ਹਾਓ COVID-19 ਇਜ਼ ਇਫੈਕਟਿਡ applications to visit, work or study in Canada. COVID-19 ਨਾਲ ਕੀ ਕੀ ਫਰਕ ਪਿਆ ਵਾ, ਉਹ ਸਾਰੀਆਂ ਚੀਜ਼ਾਂ ਕੈਨੇਡੀਅਨ ਅੰਬੈਸੀ ਨੇ ਆਪਣੀ ਵੈਬਸਾਈਟ ਦੇ ਉੱਤੇ ਦਿੱਤੀਆਂ ਹੋਈਆਂ। ਪ੍ਰੀਪੇਅਰਿੰਗ ਟੂ ਅਪਲਾਈ, ਅਪਲਾਈਂਗ ਟੂ ਸਕੂਲ ਇਨ ਕੈਨੇਡਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਕਿਹੜੇ ਕਾਲਜ 'ਚ ਅਪਲਾਈ ਕਰਨਾ, ਕਿਹੜੇ ਸਕੂਲ 'ਚ ਅਪਲਾਈ ਕਰਨਾ, ਕਿੱਦਾਂ ਅਪਲਾਈ ਕਰਨਾ। ਇਕੱਲੀ ਇਕੱਲੀ ਚੀਜ਼ ਇਸ ਸਾਈਟ 'ਤੇ ਆ, ਤੁਹਾਨੂੰ ਕਿਸੇ ਦੀ ਵੀ ਲੋੜ ਨਹੀਂ ਹੈਗੀ, ਆਪ ਜਾ ਕੇ ਸਾਈਟ ਖੋਲ੍ਹ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਅਪਲਾਈਂਗ ਟੂ ਸਕੂਲ ਇਨ ਕੈਨੇਡਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਚੂਜ਼ ਏ ਪ੍ਰੋਗਰਾਮ ਐਂਡ ਸਕੂਲ। ਤੁਸੀਂ ਇੱਥੋਂ ਸਾਈਟ ਤੋਂ ਜਾ ਕੇ ਜਿੱਥੇ ਪੜ੍ਹਨ ਜਾਣਾ ਵਾ ਉਸ ਅਦਾਰੇ ਨੂੰ ਸਿਲੈਕਟ ਕਰਨਾ ਵਾ। ਤੁਸੀਂ ਸਕੂਲ ਦੇ ਵਿੱਚ ਪੜ੍ਹਨ ਜਾ ਸਕਦੇ ਹੋ ਪ੍ਰਾਇਮਰੀ ਐਂਡ ਸੈਕੰਡਰੀ ਕੁਆਲੀਫਿਕੇਸ਼ਨ ਲਈ। ਪਹਿਲੀ ਕਲਾਸ ਤੋਂ 10ਵੀਂ ਤੱਕ ਕਲਾਸ ਤੱਕ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ ਉਹਨੂੰ ਪ੍ਰਾਇਮਰੀ ਐਂਡ ਸੈਕੰਡਰੀ ਸਕੂਲ 'ਚ ਕਿਹਾ ਜਾਂਦਾ। ਜੇ ਤੁਸੀਂ 10ਵੀਂ ਕਲਾਸ ਤੱਕ ਪੜ੍ਹਨ ਜਾਣਾ ਤਾਂ ਤੁਸੀਂ ਇੱਥੇ ਲਿੰਕ 'ਤੇ ਕਲਿੱਕ ਕਰਨਾ, ਇਹਨਾਂ ਨੇ ਤੁਹਾਨੂੰ ਸਾਰੇ 10ਵੀਂ ਤੱਕ ਦੇ ਸਕੂਲ ਕਾਲਜਾਂ ਦੇ ਨਾਮ ਦਿਖਾ ਦੇਣੇ। ਦੈਨ ਦੇਰ ਇਜ਼ ਅ ਪੋਸਟ ਸੈਕੰਡਰੀ ਸਕੂਲਸ, ਜੇ ਤੁਸੀਂ 12ਵੀਂ ਤੋਂ ਬਾਅਦ ਪੜ੍ਹਨ ਜਾਣਾ ਵਾ ਤਾਂ ਤੁਸੀਂ ਪੋਸਟ ਸੈਕੰਡਰੀ ਸਟੂਡੈਂਟ ਹੁੰਦੇ ਹੋ। ਦੈਨ ਲੈਂਗੁਏਜ ਸਕੂਲਸ, ਜਿਹੜਾ ਬੱਚਿਆਂ ਦੇ ਕੋਲ ਆਇਲਸ ਨਹੀਂ ਹੈਗਾ, ਅੰਗਰੇਜ਼ੀ ਨਹੀਂ ਹੈਗੀ, ਉਹ ਅੰਗਰੇਜ਼ੀ ਪੜ੍ਹਨ ਵੀ ਜਾ ਸਕਦੇ ਆ। ਇਹ ਕੈਨੇਡੀਅਨ ਅੰਬੈਸੀ ਦੀ ਸਾਈਟ ਕਹਿ ਰਹੀ, ਮੈਂ ਨਹੀਂ ਕਹਿ ਰਿਹਾ। ਦੈਨ ਹਾਓ ਟੂ ਅਪਲਾਈ ਏ ਸਕੂਲ, ਕਾਲਜ, ਯੂਨੀਵਰਸਿਟੀ, ਉਸ ਤੋਂ ਬਾਅਦ ਹੈਲਥ ਇੰਸ਼ੋਰੈਂਸ, ਚੂਜ਼ ਏ ਪ੍ਰੋਗਰਾਮ ਐਂਡ ਸਕੂਲਸ, ਐਜੂ ਕੈਨੇਡਾ, ਮਿਨਿਸਟਰੀਜ਼ ਐਂਡ ਡਿਪਾਰਟਮੈਂਟ ਰਿਸਪੋਂਸੀਬਲ ਫੋਰ ਐਜੂਕੇਸ਼ਨ, ਪ੍ਰਾਇਮਰੀ ਐਂਡ ਸੈਕੰਡਰੀ ਸਕੂਲ। ਕੈਨੇਡਾ ਦੇ ਵਿੱਚ 4 ਤਰ੍ਹਾਂ ਦੇ ਪੋਸਟ ਸੈਕੰਡਰੀ ਸਕੂਲ ਨੇ, ਅਸੀਂ ਗੱਲ ਕਰ ਰਹੇ ਹਾਂ 12ਵੀਂ ਤੋਂ ਉੱਤੇ ਬੱਚੇ ਦੀ। ਪੋਸਟ ਸੈਕੰਡਰੀ ਸਕੂਲਸ, ਫਸਟ ਆਉਂਦੇ ਆ ਕਾਲਜਿਸ, ਸੈਕਿੰਡ ਇਜ਼ ਯੂਨੀਵਰਸਿਟੀਜ਼, ਥਰਡ ਇਜ਼ ਪ੍ਰਾਈਵੇਟ ਕਾਲਜਿਸ, ਫੋਰਥ ਇਜ਼ ਵੋਕੇਸ਼ਨਲ ਐਂਡ ਟੈਕਨੀਕਲ ਸਕੂਲਸ। ਹੁਣ ਤੁਸੀਂ ਕਾਲਜ 'ਚ ਵੀ ਜਾ ਸਕਦੇ ਹੋ, ਯੂਨੀਵਰਸਿਟੀ 'ਚ ਵੀ ਜਾ ਸਕਦੇ ਹੋ, ਪ੍ਰਾਈਵੇਟ ਕਰੀਅਰ ਕਾਲਜ ਜਾ ਸਕਦੇ ਹੋ,
ਜਾਂ ਵੋਕੇਸ਼ਨਲ ਕਾਲਜ ਦੇ ਵਿੱਚ ਵੀ ਪੜ੍ਹਨ ਜਾ ਸਕਦੇ ਹੋ। ਈਚ ਪੋਸਟ ਸੈਕੰਡਰੀ ਸਕੂਲ ਹੈਜ਼ ਇਟਸ ਓਨ ਸੈਟ ਆਫ ਰੂਲਸ ਔਨ ਹਾਊ ਟੂ ਅਪਲਾਈ ਇੰਕਲੂਡਿੰਗ ਦ ਲੈਵਲ ਆਫ ਇੰਗਲਿਸ਼ ਔਰ ਫਰੈਂਚ ਯੂ ਨੀਡ ਟੂ ਅਕਸੈਪਟ ਇਟ। ਗੈਟ ਮੋਰ ਇਨਫੋਰਮੇਸ਼ਨ ਔਨ ਪੋਸਟ ਸੈਕੰਡਰੀ ਸਕੂਲਸ University of Canada, College and Institutions in Canada, Canada Information Center for International Credentials, ਹਰ ਤਰ੍ਹਾਂ ਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ। ਤੁਹਾਡੇ ਕੋਲ ਆਇਲਸ ਨਹੀਂ ਹੈਗੀ, ਤੁਸੀਂ ਲੈਂਗੁਏਜ ਲਈ ਜਾ ਸਕਦੇ ਜੇ। ਬੜੇ ਲੋਕ ਮਨਾ ਕਰਨਗੇ ਨਹੀਂ, ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਨਹੀਂ ਜਾ ਸਕਦਾ, ਉੱਥੇ ਅੰਗਰੇਜ਼ੀ ਪੜ੍ਹਨ ਵੀ ਜਾ ਸਕਦੇ ਹੋ, ਉੱਥੇ ਦੀ ਸਰਕਾਰ ਕਹਿ ਰਹੀ ਹੈ। ਹਾਊ ਟੂ ਅਪਲਾਈ ਏ ਸਕੂਲ ਕਾਲਜ ਯੂਨੀਵਰਸਿਟੀ, ਕਿੱਦਾਂ ਅਪਲਾਈ ਕਰਨਾ ਵਾ ਕਾਲਜ ਦੇ ਵਿੱਚ ਯੂਨੀਵਰਸਿਟੀ 'ਚ, ਉਸ ਚੀਜ਼ ਦੀ ਸਾਰੀ ਚੀਜ਼ ਦਿੱਤੀ ਗਈ ਹੈ। ਹੁਣ ਅੱਗੇ ਚੱਲਦੇ ਹਾਂ। ਅਪਲਾਈ ਟੂ ਸਟੱਡੀ ਇਨ ਕੈਨੇਡਾ, ਅਸੀਂ ਜਦੋਂ ਸਟੱਡੀ ਵਾਸਤੇ ਅਪਲਾਈ ਕਰਨਾ, ਨਿਊ ਐਪਲੀਕੈਂਟਸ ਆਰ ਸਟਰੋਂਗਲੀ ਇਨਕਰੇਜ ਟੂ ਅਪਲਾਈ ਔਨਲਾਈਨ। ਅੱਜ ਦੀ ਡੇਟ 'ਚ ਅੰਬੈਸੀ ਕੀ ਕਹਿ ਰਹੀ ਹੈ, ਦੇ ਆਰ ਸੇਇੰਗ ਕਿ ਜੇਕਰ ਤੁਸੀਂ ਨਵੇਂ ਐਪਲੀਕੇਸ਼ਨ ਹੋ, ਤੁਹਾਨੂੰ ਔਨਲਾਈਨ ਦੇ ਉੱਤੇ ਹੀ ਸਟਰੋਂਗਲੀ ਰਿਕਮੈਂਡ ਕੀਤਾ ਗਿਆ ਵਾ। ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ, ਤੁਸੀਂ ਔਨਲਾਈਨ ਅਪਲਾਈ ਕਰਨਾ। ਯੂ ਮਸਟ ਹੈਵ ਐਕਸੈਸ ਟੂ ਸਕੈਨਰ, ਤੁਹਾਡੇ ਕੋਲ ਸਕੈਨਰ ਹੋਣਾ ਚਾਹੀਦਾ ਵਾ ਜਿਹਦੇ ਨਾਲ ਤੁਸੀਂ ਕਾਗਜ਼ ਸਕੈਨ ਕਰ ਰਹੇ ਹਾਂ। ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਐਪਲੀਕੇਸ਼ਨ ਫੀਸ ਦੇਣੀ ਹੈ। ਆਫਟਰ ਦੈਟ ਅਸੀਂ ਇੱਥੋਂ ਕਲਿੱਕ ਕਰਾਂਗੇ ਸਿਲੈਕਟ ਏ ਕੰਟਰੀ, ਕਿਸ ਕੰਟਰੀ 'ਚ ਅਸੀਂ ਰਹਿੰਦੇ ਹਾਂ। ਅਸੀਂ ਭਾਰਤ ਦੇ ਨਾਗਰਿਕ ਹਾਂ, ਭਾਰਤ ਕਮਜ਼ ਅੰਡਰ ਆਈ ਤੋਂ ਆਪਾਂ ਆ ਗਏ ਜੀ ਇੰਡੀਆ 'ਚ। ਗੈਟ ਡਾਕੂਮੈਂਟਸ, ਹੁਣ ਇਹ ਸਾਈਟ ਦੱਸੂਗੀ ਕਿ ਕੀ ਡਾਕੂਮੈਂਟ ਚਾਹੀਦੇ ਆ ਸਾਨੂੰ। ਜੇ ਤੁਸੀਂ ਭਾਰਤੀ ਨਾਗਰਿਕ ਹੋ, ਦਾ ਐਪਲੀਕੇਸ਼ਨ ਪੈਕੇਜ ਇਜ਼ ਔਨ ਫੋਰ ਐਪਲੀਕੈਂਟਸ ਇਨ ਇੰਡੀਆ। ਜੇ ਤੁਸੀਂ ਇੰਡੀਆ 'ਚ ਰਹਿੰਦੇ ਹੋ, ਕੀ ਕਾਗਜ਼ ਲੱਗਣੇ ਆ ਤੁਹਾਡੀ ਫਾਈਲ ਦੇ ਵਿੱਚ? ਉਹ ਸਾਰੇ ਕਾਗਜ਼ਾਂ ਦੇ PDF ਬਣੇ ਪਏ ਆ ਇੱਥੇ। ਡਾਕੂਮੈਂਟ ਚੈੱਕਲਿਸਟ ਲੈ, ਵੀਜ਼ਾ ਆਫਿਸ ਇੰਸਟਰਕਸ਼ਨ, ਵੀਜ਼ਾ ਆਫਿਸ ਇੰਸਟਰਕਸ਼ਨ, ਸਟੱਡੀ ਯੂਨੀਵਰਸਿਟੀ। ਜੇ ਤੁਸੀਂ ਯੂਨੀਵਰਸਿਟੀ 'ਚ ਪੜ੍ਹਨ ਜਾਣਾ ਤਾਂ ਉਹਦੀ ਅਲੱਗ ਸ਼ਰਤ ਹੈ। ਜੇ ਤੁਸੀਂ ਸਟੱਡੀ ਪਰਮਿਟ ਕੈਨੇਡਾ ਦੇ ਵਿੱਚ ਰਹਿ ਕੇ ਅਪਲਾਈ ਕਰਨਾ, ਉਹਦੇ ਅਲੱਗ ਰੂਲ ਨੇ। ਹਰ ਇੱਕ ਚੀਜ਼ ਵਾਸਤੇ ਅਲੱਗ ਅਲੱਗ ਇਨਫੋਰਮੇਸ਼ਨ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਅਸੀਂ ਬੋਲਦੇ ਹਾਂ ਡਾਕੂਮੈਂਟ ਚੈੱਕਲਿਸਟ, ਕਾਗਜ਼ ਕੀ ਚਾਹੀਦੇ ਆ। ਇੰਡੀਆ ਦੇ ਜਦੋਂ ਅਸੀਂ ਚੈੱਕਲਿਸਟ ਖੋਲਦੇ ਹਾਂ, ਚਲੋ ਇਹ PDF ਦੀ ਇਨਫੋਰਮੇਸ਼ਨ ਹੈ, ਇੱਥੇ ਨਹੀਂ ਸਾਨੂੰ ਅਵੇਲੇਬਲ ਹੋ ਰਹੀ। ਵੀਜ਼ਾ ਆਫਿਸ ਇੰਸਟਰਕਸ਼ਨ, ਵੀਜ਼ਾ ਆਫਿਸ ਕੀ ਇੰਸਟਰਕਸ਼ਨ ਦੇ ਰਿਹਾ ਵਾ? ਤੁਸੀਂ ਬੰਗਲੌਰ ਤੋਂ ਅਪਲਾਈ ਕਰਨਾ, ਚੰਡੀਗੜ੍ਹ ਤੋਂ ਜਾਂ ਨਿਊ ਦਿੱਲੀ ਤੋਂ, ਤਿੰਨ ਜਗ੍ਹਾ ਤੋਂ ਜੇ ਅਪਲਾਈ ਕਰਦੇ ਹੋ ਬਤੌਰ ਭਾਰਤੀ ਨਾਗਰਿਕ, ਅਤੇ ਅੰਬੈਸੀ ਵੱਲੋਂ ਆਹ ਇੱਕ ਐਪਲੀਕੇਸ਼ਨ ਫੋਰਮ ਦਿੱਤਾ ਗਿਆ ਵਾ ਕਿ ਕਿਹੜੀ ਕਿਹੜੀ ਚੀਜ਼ ਤੁਹਾਡੀ ਫਾਈਲ ਦੇ ਵਿੱਚ ਲੱਗਣੀ ਹੈ। ਸਭ ਤੋਂ ਪਹਿਲਾਂ ਤਾਂ ਉਹ ਕਹਿ ਰਿਹਾ ਕਿ ਤੁਸੀਂ ਔਨਲਾਈਨ ਹੀ ਅਪਲਾਈ ਕਰੋ। ਦੇ ਆਰ ਸੇਇੰਗ ਕਿ ਤੁਸੀਂ ਔਨਲਾਈਨ ਹੀ ਅਪਲਾਈ ਕਰੋ। ਚੈੱਕਲਿਸਟ ਦੇ ਵਿੱਚ ਕੀ ਹੈ? ਓਰੀਜਨਲ ਵੈਲਿਡ ਪਾਸਪੋਰਟ ਟੈਂਪਰਰੀ ਔਰ ਫੋਟੋਕਾਪੀ ਔਫ ਬਾਇਓਡਾਟਾ, ਤੁਸੀਂ ਫੋਟੋਕਾਪੀ ਦੇਣੀ ਹੈ ਇੱਥੇ ਪਾਸਪੋਰਟ ਦੀ, ਫੋਟੋਗ੍ਰਾਫ ਲੱਗਣੀ ਹੈ, ਅਨਕੰਡੀਸ਼ਨਲ ਐਡਮਿਸ਼ਨ, ਕੋਰਸ ਟਾਈਟਲ, ਤੁਹਾਡੀ ਲੈਟਰ ਆਫ ਐਕਸੈਪਟੈਂਸ ਚਾਹੀਦੀ ਹੈ ਜਿੱਥੇ ਸਟਾਰਟ ਡੇਟ ਲਿਖੀ ਹੋਵੇ, ਐਂਡ ਡੇਟ ਲਿਖੀ ਹੋਵੇ, ਟੈਸਟ ਰਿਜ਼ਲਟ ਟੇਕਨ ਵਿਦ ਇਨ ਲਾਸਟ 24 ਮੰਥਸ ਟੂ ਡੈਮੋਸਟ੍ਰੇਟ ਅਬਿਲਿਟੀ ਇਨ ਲੈਂਗੁਏਜ ਔਰ ਪ੍ਰਪੋਜ਼ਡ ਸਟੱਡੀਜ਼। ਇੱਥੇ ਆਇਲਸ ਦੀ ਗੱਲ ਹੀ ਕੀਤੀ ਗਈ, ਅੰਗਰੇਜ਼ੀ ਦੇ ਟੈਸਟ ਦੀ ਗੱਲ ਕੀਤੀ ਗਈ ਹੈ। ਇਟ ਇਜ਼ ਸਟਰੋਂਗਲੀ ਰਿਕਮੈਂਡਡ। ਇੱਥੇ 6 band ਈਚ ਦੀ ਵੀ ਨਹੀਂ ਗੱਲ ਕਰ ਰਹੇ, ਇੱਥੇ ਅੰਬੈਸੀ ਵੱਲੋਂ ਲਿਖਿਆ ਗਿਆ ਕਿ ਤੁਸੀਂ ਲੈਂਗੁਏਜ ਦਾ ਡਾਕੂਮੈਂਟ ਦੇਣਾ। ਜੇ ਤੁਹਾਡੇ ਕਾਲਜ ਨੇ ਕਿਸੇ ਨੇ ਦਾਖਲਾ ਦਿੱਤਾ 5 band 'ਤੇ, 5.5 'ਤੇ, 1 'ਚ 5.5, 2 'ਚ 5.5, ਅੰਬੈਸੀ ਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਫੋਟੋਕਾਪੀ ਔਫ ਮੋਸਟ ਰੀਸੈਂਟ ਡਿਪਲੋਮਾ, ਤੁਸੀਂ ਜਿਹੜਾ +2 ਕੀਤੀ ਹੈ, ਡਿਪਲੋਮਾ ਕੀਤਾ, ਉਹਦੇ ਕਾਗਜ਼ ਦੇ ਸਕਦੇ ਜੇ। ਅਦਰ ਐਜੂਕੇਸ਼ਨ ਡਾਕੂਮੈਂਟ ਦੇ ਸਕਦੇ ਜੇ। ਪ੍ਰੈਫਰਡ ਆਪਸ਼ਨ ਫੋਰ ਪਰੂਫ ਆਫ ਫੰਡਸ, ਉਹ ਕਹਿ ਰਹੇ ਆ ਕਿ ਜਿਹੜੀ ਪ੍ਰੈਫਰਡ ਆਪਸ਼ਨ ਹੈ, ਦੈਟ ਇਜ਼ GIC, $10,000, ਜੋ ਕਿ 1 ਸਾਲ ਦਾ ਰੋਟੀ ਪਾਣੀ ਦਾ ਖਰਚਾ ਵਾ। ਐਮਬੈਸੀ ਵੱਲੋਂ ਪ੍ਰੈਫਰਡ ਆਪਸ਼ਨ ਮੰਨੀ ਗਈ ਹੈ ਕਿ ਤੁਸੀਂ ਇਹ $10,000 ਕੈਨੇਡਾ ਦੇ ਬੈਂਕ ਦੇ ਵਿੱਚ ਦਿਖਾ ਸਕਦੇ ਹੋ। ਜੇ ਤੁਹਾਡੇ ਕੋਲ ਨਹੀਂ ਹੈਗਾ, ਇਨ ਦਾ ਆਲਟਰਨੇਟਿਵ ਯੂ ਕੈਨ ਫੁਲਫਿਲ ਦਾ ਫਾਈਨੈਂਸ਼ੀਅਲ ਰਿਕੁਆਇਰਮੈਂਟ ਬਾਏ ਸਬਮਿਟਿੰਗ ਏ ਕਾਪੀ ਆਫ ਦਾ ਰਿਸਿਪਟ ਫੋਰ ਯੂਰ ਟਿਊਸ਼ਨ ਫੀਸ ਐਂਡ ਏ ਕਾਪੀ ਆਫ ਐਨ ਐਜੂਕੇਸ਼ਨ ਲੋਨ ਫਰੋਮ ਐਨ ਇੰਡੀਅਨ ਚਾਰਟਰਡ ਬੈਂਕ ਇਕੁਇਵਲੈਂਟ ਟੂ $10,000. ਜੇ ਤੁਸੀਂ GIC ਨਹੀਂ ਵੀ ਕਰਾਉਣਾ, ਤੁਸੀਂ $10,000 ਦਾ ਐਜੂਕੇਸ਼ਨ ਲੋਨ ਲੈ ਸਕਦੇ ਹੋ ਇੰਡੀਆ ਦੇ ਕਿਸੇ ਵੀ ਬੈਂਕ ਤੋਂ। ਇਨਕਮ ਟੈਕਸ ਰਿਟਰਨ ਫੋਰ ਯੂ ਐਂਡ ਯੂਅਰ ਪੇਰੈਂਟਸ ਫੋਰ ਲਾਸਟ 2 years, ਪਿਛਲੇ 2 ਸਾਲ ਦਾ ਤੁਹਾਡੇ ਪਰਿਵਾਰ ਦੀ ਕੀ ਆਮਦਨ ਹੈ, ਉਹਦੇ ਪਰੂਫ ਦੇ ਮੰਗਿਆ ਗਿਆ ਵਾ। ਸਕੋਲਰਸ਼ਿਪ ਔਰ ਐਨੀ ਫਾਈਨੈਂਸ਼ੀਅਲ ਅਸਿਸਟੈਂਸ ਔਰ ਅਵਾਰਡ, ਹਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਸਕੋਲਰਸ਼ਿਪ ਦਿੱਤੀ ਹੈ, ਤੁਸੀਂ ਉਹ ਲਿਖ ਕੇ ਲਾ ਸਕਦੇ ਜੇ। ਰੈਫਰਲ ਲੈਟਰ ਫਰੋਮ ਐਨ ਇੰਡੀਵਿਜੁਅਲ ਪ੍ਰੋਵਾਈਡਿੰਗ ਯੂ ਫਾਈਨੈਂਸ਼ੀਅਲ ਅਸਿਸਟੈਂਟ ਫੋਰ ਯੂਅਰ ਪ੍ਰੋਗਰਾਮ,
ਦੇਖੋ ਜੇਕਰ ਤੁਹਾਡੇ ਮਾਂ ਬਾਪ ਰਿਟਰਨ ਨਹੀਂ ਭਰਦੇ, ਤੁਹਾਡੇ ਕੋਲ ਆਮਦਨ ਦਾ ਸੋਰਸ ਨਹੀਂ ਹੈ, ਜਿਹੜਾ ਬੰਦਾ ਤੁਹਾਨੂੰ ਸਪੋਂਸਰ ਕਰ ਰਿਹਾ ਵਾ ਉਹਦੇ ਵੱਲੋਂ ਤੁਸੀਂ ਰੈਫਰੈਂਸ ਲੈਟਰ ਐਫੀਡੇਵਿਟ ਆਫ ਸਪੋਰਟ ਲੈ ਸਕਦੇ ਜੇ. ਇਫ ਐਪਲੀਕੇਬਲ ਯੂ ਮਸਟ ਆਲਸੋ ਸਬਮਿਟ. ਉਹ ਕਹਿ ਰਹੇ ਆ ਜੀ ਕਿ ਜੇ ਕਿਸੇ ਵੀ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਹੈ ਤੁਸੀਂ ਉਹ ਵੀ ਦਿਓ, ਜਿੱਦਾਂ ਕਿ ਪਰੂਫ ਆਫ ਇੰਪਲੋਇਮੈਂਟ, ਲੈਟਰ ਫਰੋਮ ਯੂਅਰ ਕਰੰਟ. ਤੁਸੀਂ ਜੇ ਨੌਕਰੀ ਕਰਦੇ ਹੋ, ਜਿਸ ਵੀ ਇੰਪਲੋਇਰ ਦੇ ਕੋਲ ਨੌਕਰੀ ਕਰਦੇ ਹੋ ਉਸ ਇੰਪਲੋਇਰ ਕੋਲ ਲਿਖਾ ਕੇ ਦਿਓ. ਪੇ ਸਲਿੱਪ ਦਿਓ, ਲੀਸਟ ਲਾਸਟ 3 ਮਹੀਨੇ ਦਾ ਇੰਪਲੋਇਮੈਂਟ ਦਾ ਰਿਕਾਰਡ ਦਿਓ. ਤੁਸੀਂ ਮੈਸੀ ਜਿੱਥੋਂ ਵੀ ਨੌਕਰੀ ਕਰਦੇ ਹੋ 3 ਮਹੀਨੇ ਦੀਆਂ ਪੇ ਸਲਿੱਪਾਂ ਲਾ ਸਕਦੇ ਜੇ. ਜਿਹੜੀ ਤੁਸੀਂ ਆਪਣੇ ਇੰਪਲੋਇਰ ਕੋਲੋਂ ਲੈਟਰ ਬਣਾਉਣੀ ਹੈ ਉਹਦੇ 'ਤੇ ਤੁਹਾਡੀ ਜੋਬ ਡਿਸਕ੍ਰਿਪਸ਼ਨ ਲਿਖੀ ਹੋਵੇ, ਪੋਜੀਸ਼ਨ, ਸੈਲਰੀ, ਕਿੰਨੀ ਦੇਰ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ ਤੁਹਾਨੂੰ ਆਥੋਰਾਈਜ਼ ਕਰ ਰਹੇ ਨੇ, ਤੁਸੀਂ ਬਾਹਰ ਜਾ ਕੇ ਪੜ੍ਹ ਸਕੋ. ਆਪਣੇ ਮਾਲਕਾਂ ਕੋਲੋਂ ਤੁਹਾਨੂੰ ਇਹ ਲੈਟਰ ਲੈਣੀ ਪਏਗੀ. ਨੈਕਸਟ ਇਜ਼ ਪ੍ਰੀਵੀਅਸ ਪਾਸਪੋਰਟ. ਜੇਕਰ ਤੁਹਾਡੇ ਕੋਲ ਪਹਿਲਾਂ ਵੀ ਕੋਈ ਪਾਸਪੋਰਟ ਹੈਗਾ ਵਾ ਅਤੇ ਉਹਨੂੰ ਵੀ ਨਾਲ ਜ਼ਰੂਰ ਅਟੈਚ ਕਰੋ. ਬਰਥ ਸਰਟੀਫਿਕੇਟ ਔਰ ਈਚ ਆ ਕਪਲਿੰਗ ਡਿਪੈਂਡੈਂਟ ਚਾਈਲਡ. ਹਾਂ, ਜਿਹੜੇ ਵਿਆਹੇ ਨੇ ਜਿਨ੍ਹਾਂ ਦੇ ਬੱਚੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਦੇ ਵੀ ਬੱਚਿਆਂ ਦੇ ਵੀ ਕਾਗਜ਼ ਲਾ ਸਕਦੇ ਹੋ. ਦੈਨ ਡੈਕਲਰੇਸ਼ਨ ਹੈ, ਤੁਹਾਡੇ ਕੋਲ ਸਾਈਨ ਕਰਾਉਣਗੇ ਫਾਰਮ ਦੇ ਉੱਤੇ. ਓਬਟੇਨ ਹਾਊ ਟੂ ਓਬਟੇਨ ਇਜ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ. $10,000 GIC ਕਿੱਦਾਂ ਲੈਣਾ ਵਾ, ਕਿਹੜੇ ਕਿਹੜੇ ਬੈਂਕ 'ਚੋਂ ਤੁਸੀਂ ਇਹ ਪੈਸੇ ਟ੍ਰਾਂਸਫਰ ਕਰ ਸਕਦੇ ਹੋ. ਦੈਨ ਸਟੂਡੈਂਟ ਵੀਜ਼ਾ ਕੁਐਸਚਨੇਅਰ ਹੈ, ਤੁਹਾਡੇ ਮਾਤਾ ਪਿਤਾ ਕੀ ਕਰਦੇ ਨੇ. If your course of study includes English as a second language component, please explain how long it will take to complete English as a second language requirement and how much it will cost. ਜੇਕਰ ਤੁਹਾਡੇ ਬੈਂਡ ਘੱਟ ਨੇ ਜਾਂ ਤੁਹਾਡੇ ਕੋਲ ਅੰਗਰੇਜ਼ੀ ਨਹੀਂ ਵੀ ਹੈਗੀ, ਤੁਸੀਂ ਇੰਗਲਿਸ਼ ਪੜ੍ਹ ਸਕਦੇ ਹੋ. ਇੱਥੇ ਤੁਹਾਨੂੰ ਦੱਸਣਾ ਪਏਗਾ ਕਿੰਨੀ ਦੇਰ ਦਾ ਇੰਗਲਿਸ਼ ਦਾ ਕੋਰਸ ਹੈਗਾ. ਇਹ ਇਨਫੋਰਮੇਸ਼ਨ ਜੋ ਅਸੀਂ ਐਮਬੈਸੀ ਦੀ ਸਾਈਟ ਤੋਂ ਕੱਢੀ ਹੈ, ਇਹ ਇਨਫੋਰਮੇਸ਼ਨ ਤੁਸੀਂ ਪੂਰੀ ਕਰਦੇ ਹੋ ਤਾਂ ਤੁਹਾਨੂੰ ਕੈਨੇਡਾ ਜਾਣ ਤੋਂ ਕੋਈ ਨਹੀਂ ਰੋਕ ਸਕਦਾ. ਇਹ ਇਨਫੋਰਮੇਸ਼ਨ ਸੀਗੀ ਸਟੱਡੀ ਨੋਰਮਲ ਵਾਸਤੇ. ਕਿਸੇ ਵੀ ਤਰ੍ਹਾਂ ਦੇ ਕਾਲਜ 'ਚ ਤੁਸੀਂ ਅਪਲਾਈ ਕਰਨਾ. ਅਗਲੀ ਜਿਹੜੀ ਚੈੱਕ ਲਿਸਟ ਹੈ ਇਨਫੋਰਮੇਸ਼ਨ ਹੈ ਉਹ ਯੂਨੀਵਰਸਿਟੀ ਚੈੱਕ ਲਿਸਟ ਹੈ. ਇਸੇ ਤਰੀਕੇ ਨਾਲ ਯੂਨੀਵਰਸਿਟੀ ਜੇ ਅਪਲਾਈ ਕਰਨਾ, ਯੂਨੀਵਰਸਿਟੀ ਦੇ ਕੁਝ ਅਲੱਗ ਰੂਲ ਨੇ, ਉਹ ਵੀ ਤੁਸੀਂ ਸਾਰੀਆਂ ਚੀਜ਼ਾਂ ਇੱਥੋਂ ਪੜ੍ਹ ਸਕਦੇ ਜੀ. ਕੋਈ ਲੰਬਾ ਚੌੜਾ ਨਹੀਂ ਹੈਗਾ, ਇਟਸ ਆਲਮੋਸਟ ਸੇਮ. ਯੂਨੀਵਰਸਿਟੀਆਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਵੀਜ਼ਾ ਦੇ ਵਿੱਚ ਵੀ, ਕਿਉਂਕਿ ਯੂਨੀਵਰਸਿਟੀ ਜਦੋਂ ਤੁਸੀਂ ਜਾਣਾ ਤੁਸੀਂ 3-4 ਸਾਲ ਦੀ ਡਿਗਰੀ ਵਾਸਤੇ ਜਾਣਾ, ਔਰ ਤੁਹਾਨੂੰ ਉਹਦੇ ਦੱਸਣਾ ਪਏਗਾ SOP ਲਗਾ ਕੇ ਕਿੱਦਾਂ ਤੁਸੀਂ ਆਪਣੇ ਫੰਡ ਮੈਨੇਜ ਕਰੋਗੇ. ਇਹ ਚੰਦ ਇੱਕ ਇਨਫੋਰਮੇਸ਼ਨ ਆ ਮੈਂ ਅੱਜ ਦੀ ਡੇਟ ਦੇ ਵਿੱਚ ਅਪਲਾਈ ਔਨਲਾਈਨ ਫੋਰ ਸਟੱਡੀ ਵੀਜ਼ਾ. ਅਸੀਂ ਇਹ ਵੀ ਲਿੰਕ ਖੋਲ੍ਹਦੇ ਹਾਂ. ਤੁਸੀਂ GC ਕੀ ਅਕਾਊਂਟ ਬਣਾਉਣਾ ਵਾ, ਇੱਥੋਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ. ਦੈਨ ਹੋਰ ਕੀ ਅਪਡੇਟ ਨੇ? ਹਾਂਜੀ, ਥੋੜ੍ਹੀ ਜਿਹੀ ਅਪਡੇਟ ਹੋਰ ਹੈ. ਐਪਲੀਕੇਸ਼ਨ ਟੂ ਸਟੱਡੀ ਇਨ ਕੈਨੇਡਾ. ਜੇਕਰ ਤੁਸੀਂ ਡੂ ਯੂ ਲਿਵ ਇਨ ਚਾਈਨਾ, ਇੰਡੀਆ, ਮੋਰੋਕੋ, ਪਾਕਿਸਤਾਨ, ਫਿਲੀਪੀਨ, ਸੈਨੀਗਲ ਐਂਡ ਵੀਅਤਨਾਮ, ਯੂ ਮਾਈਟ ਬੀ ਏਬਲ ਟੂ ਗੈਟ ਯੂਅਰ ਸਟੱਡੀ ਪਰਮਿਟ ਫਾਸਟਰ ਬਾਏ ਅਪਲਾਈਂਗ ਔਨਲਾਈਨ ਥਰੂ ਦਾ ਸਟੂਡੈਂਟ ਡਾਇਰੈਕਟ ਸਟ੍ਰੀਮ. ਅੰਬੈਸੀ ਵੱਲੋਂ 2 ਤਰੀਕੇ ਨਾਲ ਤੁਹਾਡੀਆਂ ਫਾਈਲਾਂ ਲਈਆਂ ਜਾਂਦੀਆਂ, ਜਾਂ ਤੁਸੀਂ ਜਨਰਲ ਕੈਟਾਗਰੀ 'ਚ ਅਪਲਾਈ ਕਰਦੇ ਹੋ ਜਾਂ ਸਟੂਡੈਂਟ ਡਾਇਰੈਕਟ ਸਟ੍ਰੀਮ 'ਚ ਕਰਦੇ ਹੋ. ਹੁਣ ਜੇ ਤੁਸੀਂ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਵਿੱਚ ਕਰਨਾ ਤਾਂ ਸਟੂਡੈਂਟ ਡਾਇਰੈਕਟ ਸਟ੍ਰੀਮ ਕੀ ਕਹਿੰਦੀ ਹੈ, ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ ਕੀ ਕਾਗਜ਼ ਚਾਹੀਦੇ ਆ, ਆਓ ਉੱਤੇ ਝਾਤ ਮਾਰਦੇ. ਹੂ ਕੈਨ ਅਪਲਾਈ? ਜੇ ਇੰਡੀਆ 'ਚ ਰਹਿੰਦੇ ਹੋ, ਤੁਸੀਂ ਭਾਰਤੀ ਨਾਗਰਿਕ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ. ਤੁਹਾਡੇ ਕੋਲ ਕਿਸੇ ਵੀ ਕਾਲਜ ਯੂਨੀਵਰਸਿਟੀ ਤੋਂ ਲੈਟਰ ਆਫ ਅਕਸੈਪਟੈਂਸ ਹੋਣੀ ਚਾਹੀਦੀ ਹੈ. ਜੇ ਤੁਸੀਂ ਕੈਨੇਡਾ ਤੋਂ ਬਾਹਰ ਰਹਿੰਦੇ ਹੋ ਤਾਂ ਹੀ ਤੁਸੀਂ SDS 'ਚ ਅਪਲਾਈ ਕਰ ਸਕਦੇ ਹੋ. ਜੇ ਤੁਸੀਂ ਕੈਨੇਡਾ 'ਚ ਰਹਿ ਕੇ ਅਪਲਾਈ ਕਰ ਰਹੇ ਹੋ ਫਿਰ SDS ਨਹੀਂ ਲੱਗਦਾ ਤੁਹਾਡੇ 'ਤੇ. ਤੁਹਾਨੂੰ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨੀ ਪਏਗੀ, ਉਹਦੀ ਤੁਸੀਂ ਨਾਲ ਲਗਾਉਣੀ ਪਏਗੀ. $10,000 ਦਾ GIC ਲੈਣਾ ਮਸਟ ਹੈ. ਜੇ ਕਿਊਬਿਕ 'ਚ ਅਪਲਾਈ ਕਰ ਰਹੇ ਹੋ ਤੁਹਾਨੂੰ CAQ ਲੈਣਾ ਪਏਗਾ. ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ. ਕੁਝ ਕੇਸਾਂ ਦੇ ਵਿੱਚ ਅੰਬੈਸੀ ਵੱਲੋਂ PCC ਦੀ ਵੀ ਡਿਮਾਂਡ ਕੀਤੀ ਜਾਂਦੀ ਹੈ, ਪੁਲਿਸ ਸਰਟੀਫਿਕੇਟ. ਰੀਸੈਂਟ ਕੁਆਲੀਫਿਕੇਸ਼ਨ ਜੋ ਤੁਹਾਡੀ ਹੈਗੀ ਹੈ, +2 ਕੀਤੀ ਹੈ, ਉਹਦੀ ਤੁਹਾਨੂੰ ਟ੍ਰਾਂਸਕ੍ਰਿਪਟ ਡਿਟੇਲ ਮਾਰਕਸ ਨਾਲ ਦੇਣੀ ਪੈਗੀ. ਹੈਵ ਲੈਂਗੁਏਜ ਟੈਸਟ ਰਿਜ਼ਲਟ ਦੈਟ ਸ਼ੋਜ਼ 6 ਬੈਂਡ ਓਵਰਆਲ. ਆਇਲਸ ਦੇ ਵਿੱਚ ਤੁਹਾਡੇ 6 ਬੈਂਡ ਓਵਰਆਲ ਔਰ 6 ਬੈਂਡ ਈਚ ਹੋਣੇ ਚਾਹੀਦੇ ਆ, ਰੀਡਿੰਗ, ਰਾਈਟਿੰਗ, ਸਪੀਕਿੰਗ, ਲਿਸਨਿੰਗ 'ਚ. ਇੱਥੇ PTE ਦਾ ਜ਼ਿਕਰ ਨਹੀਂ ਕੀਤਾ ਗਿਆ, ਡਲਿੰਗੋ ਟੈਸਟ ਦਾ ਜ਼ਿਕਰ ਨਹੀਂ ਕੀਤਾ ਗਿਆ. ਜੇ ਤੁਸੀਂ ਆਪਣੀ ਫਾਈਲ SDS 'ਚ ਲਾਉਣੀ ਹੈ ਤਾਂ ਸਿਰਫ ਇੱਕ ਆਇਲਸ ਆਪਸ਼ਨ ਹੈ ਜਿਹਦੇ ਬੇਸ ਦੇ ਉੱਤੇ ਤੁਸੀਂ ਆਪਣੀ ਫਾਈਲ ਲਗਾ ਸਕਦੇ. ਪਰੂਫ ਆਫ ਫੁੱਲ ਪੇਮੈਂਟ ਆਫ ਟਿਊਸ਼ਨ ਫੋਰ ਦਾ ਐਪਲੀਕੈਂਟ ਫਸਟ ਈਅਰ ਆਫ ਸਟੱਡੀ. ਦਿਸ ਮੇ ਬੀ ਸ਼ੋਨ ਵਿਦ ਦਾ ਫਾਰਮ ਰਿਸਿਪਟ ਫਰੋਮ ਦਾ DLI ਇੰਸਟੀਚਿਊਟ. ਜਿਸ ਵੀ ਕਾਲਜ 'ਚ ਅਪਲਾਈ ਕੀਤਾ ਉੱਥੋਂ ਤੁਸੀਂ ਸਾਲ ਦੀ ਰਸੀਦ ਲੈ ਕੇ ਨਾਲ ਲਾਉਣੀ ਹੈ.
ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਜੀ ਆਈ ਸੀ ਸਰਟੀਫਿਕੇਟ ਨਾਲ ਲਾਣਾ ਬੈਂਕ ਤੋਂ ਲੈ ਕੇ ਕਿਹਨਾਂ ਕਿਹਨਾਂ ਬੈਂਕਾਂ 'ਚ ਤੁਸੀਂ ਜੀ ਆਈ ਸੀ ਖੁਲਾ ਸਕਦੇ ਹੋ ਉਹਦੀ ਡਿਟੇਲ ਦਿੱਤੀ ਗਈ ਹੈ। ਮੈਡੀਕਲ ਐਗਜ਼ਾਮੀਨੇਸ਼ਨ ਕਿੱਥੋਂ ਹੋਣਾ ਵਾ, ਜਿਹੜੇ ਬੰਦੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ ਉਹ ਸਪਾਊਸ ਵੀਜ਼ਾ ਵੀ ਅਪਲਾਈ ਕਰ ਸਕਦੇ ਆ। ਦੈਨ ਹਾਊ ਟੂ ਅਪਲਾਈ, ਯੂ ਮਸਟ ਅਪਲਾਈ ਔਨਲਾਈਨ ਟੂ ਗੈਟ ਫਾਸਟਰ ਪ੍ਰੋਸੈਸ। ਦਰ ਇਜ਼ ਨੋ ਪੇਪਰ ਐਪਲੀਕੇਸ਼ਨ ਫੋਰ ਸਟੂਡੈਂਟ ਡਾਇਰੈਕਟ ਸਟ੍ਰੀਮ। ਮੇਕ ਸ਼ੋਰ ਯੂ ਇੰਕਲੂਡ ਆਲ ਦੈਟ ਡਾਕੂਮੈਂਟ, ਰਿਕੁਆਇਰਡ ਡਾਕੂਮੈਂਟ ਵਿਦ ਯੂਰ ਐਪਲੀਕੇਸ਼ਨ। ਜੇ ਤੁਸੀਂ ਐਸ ਡੀ ਐਸ 'ਚ ਅਪਲਾਈ ਕਰਨਾ ਤੁਹਾਨੂੰ ਔਨਲਾਈਨ ਹੀ ਕਰਨਾ ਪਏਗਾ, ਪੇਪਰ ਐਪਲੀਕੇਸ਼ਨ ਨਹੀਂ ਲੈ ਰਹੇ। ਹੁਣ ਕੀ ਵੀਜ਼ਾ ਆਫੀਸਰ ਦੀਆਂ ਆਫਿਸ ਦੀਆਂ ਜਾਣਕਾਰੀਆਂ ਉਹ ਤੁਸੀਂ ਅੱਗੇ ਪੜ੍ਹ ਸਕਦੇ ਹੋ। ਇਨ ਮੋਸਟ ਕੇਸਿਸ ਯੂ ਨੀਡ ਟੂ ਗਿਵ ਬਾਇਓਮੈਟ੍ਰਿਕਸ, ਯੂ ਸ਼ੁੱਡ ਪੇ ਬਾਇਓਮੈਟ੍ਰਿਕ ਫੀ ਵੈਨ ਯੂ ਸਬਮਿਟ ਯੂਰ ਐਪਲੀਕੇਸ਼ਨ। ਇਫ ਯੂ ਡੋਂਟ ਪੇ ਦਿਸ ਫੀਸ ਯੂ ਮੇ ਨੋਟ ਬੀ ਏਬਲ ਟੂ ਪ੍ਰੋਸੈਸ ਯੂਰ ਐਪਲੀਕੇਸ਼ਨ ਫਾਸਟਰ। ਬਾਇਓਮੈਟ੍ਰਿਕ ਦੀ ਫੀਸ ਵੀ ਨਾਲ ਹੀ ਜਾਣੀ ਹੈ। ਵੀਜ਼ਾ ਐਪਲੀਕੇਸ਼ਨ ਸੈਂਟਰ ਜਿੱਥੇ ਜਿੱਥੇ ਤੁਸੀਂ ਆਪਣਾ ਕੇਸ ਜਮ੍ਹਾਂ ਕਰਾ ਸਕਦੇ ਹੋ। ਉਹ ਕਹਿ ਰਹੇ ਸਮ ਵੀ ਏ ਸੀਜ਼ ਆਰ ਓਪਨਿੰਗ, ਵੀ ਏ ਸੀਜ਼ ਆਰ ਬਿਗਨਿੰਗ ਟੂ ਆਫਰ ਸਮ ਸਰਵਿਸ, ਨਿਊ ਹੈਲਥ ਐਂਡ ਸੇਫਟੀ ਮਈਅਰ ਆਰ ਇਨ ਪਲੇਸ ਟੂ ਪ੍ਰਵੈਂਟ ਦ ਸਪਰੈਡ ਆਫ COVID-19। ਬਿਫੋਰ ਯੂ ਅਪਲਾਈ ਮੇਕ ਸ਼ੋਰ ਯੂ ਆਰ ਐਗਜ਼ੈਂਪਟ ਫਰੋਮ ਅ ਟਰੈਵਲ ਰਿਸਟ੍ਰਿਕਸ਼ਨ। ਨੋ ਅਬਾਊਟ ਦ ਚੇਂਜਿਸ ਆਫ ਦ ਐਪਲੀਕੇਸ਼ਨ ਪ੍ਰੋਸੈਸ। ਹਰ ਰੋਜ਼ ਕੋਈ ਨਾ ਕੋਈ ਅਪਡੇਟ ਅੰਬੈਸੀ ਵੱਲੋਂ ਆਉਂਦੀ ਹੈ। ਵੀਜ਼ਾ ਐਪਲੀਕੇਸ਼ਨ ਸੈਂਟਰਸ ਆਰ ਪ੍ਰਾਈਵੇਟ ਕੰਪਨੀਜ਼ ਦੈਟ ਹੈਵ ਫਾਰਮਲ ਕੰਟਰੈਕਟ ਵਿਦ ਦ ਗਵਰਨਮੈਂਟ ਆਫ ਕੈਨੇਡਾ। ਦੇ ਸਿਕਿਓਰ ਸੈਂਟ ਯੂਅਰ ਐਪਲੀਕੇਸ਼ਨ ਐਂਡ ਪਾਸਪੋਰਟ ਟੂ ਦ ਵੀਜ਼ਾ ਆਫਿਸ। ਆਰ ਓਫੀਸ਼ੀਅਲ ਲੋਕੇਸ਼ਨ ਟੂ ਗਿਵ ਯੂਅਰ ਬਾਇਓਮੈਟ੍ਰਿਕਸ ਆਰ ਲੋਕੇਟਡ ਅਰਾਊਂਡ ਦ ਵਰਲਡ, ਸਪੀਕ ਲੋਕਲ ਲੈਂਗੁਏਜ। ਇਹ ਜਿਹੜੇ ਵੀਜ਼ਾ ਆਫਿਸ ਨੇ ਇੱਥੇ ਬਾਇਓਮੈਟ੍ਰਿਕਸ ਹੋਣਾ ਤੁਹਾਡਾ, ਇਹ ਜਲੰਧਰ 'ਚ ਵੀ ਹੁੰਦਾ ਵਾ, ਇਹ ਚੰਡੀਗੜ੍ਹ 'ਚ ਵੀ ਹੁੰਦਾ ਵਾ, ਦਿੱਲੀ 'ਚ ਵੀ ਹੁੰਦਾ। ਇਨ ਮੋਸਟ ਆਫ ਦ ਕੇਸਿਸ ਤੁਹਾਨੂੰ ਬਾਇਓਮੈਟ੍ਰਿਕਸ ਦੇਣੇ ਪੈਣੇ, ਉਹਦੇ ਲਈ ਤੁਹਾਨੂੰ ਵੀ ਐਫ ਐਸ ਜਾਣਾ ਪੈਂਦਾ, ਉਹਦੀ ਤੁਹਾਨੂੰ ਅਪੁਆਇੰਟਮੈਂਟ ਸ਼ਡਿਊਲ ਹੁੰਦੀ ਹੈ। ਇਸ ਟਾਈਮ ਜ਼ਿਆਦਾਤਰ ਵੀ ਆਈ ਸੀ ਕਲੋਜ਼ਡ ਨੇ, ਫਿਰ ਵੀ ਆਹ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੀ ਕਿਹੜੇ ਕਿਹੜੇ ਵੀ ਆਈ ਸੀ ਖੁੱਲ੍ਹੇ ਹੋਏ ਨੇ ਔਰ ਬਾਕੀ ਦੇ ਕਦੋਂ ਖੁੱਲ੍ਹਣਗੇ। ਆ ਜਾਓ ਆਪਾਂ ਇੱਥੇ ਝਾਤ ਮਾਰਦੇ ਹਾਂ, ਫਿਲਟਰ ਦੇ ਵਿੱਚ ਅਸੀਂ ਲਿਖ ਲੈਂਦੇ ਹਾਂ ਜਲੰਧਰ। ਜਲੰਧਰ ਵੀ ਏ ਸੀ ਦੀ ਜੋ ਇਸ ਟਾਈਮ ਸਾਡੇ ਸਾਹਮਣੇ ਡਾਟਾ ਆ ਰਿਹਾ, ਇਟ ਇਜ਼ ਏ ਟੈਂਪਰਰੀ ਕਲੋਜ਼ਡ। ਲਿਖਿਆ ਆ ਰਿਹਾ ਜੀ ਵੀ ਏ ਸੀ ਇਜ਼ ਟੈਂਪਰਰੀ ਕਲੋਜ਼ ਅੰਟਿਲ ਫਰਦਰ ਨੋਟਿਸ, ਇਫ ਨੀਡਿਡ ਦ ਵੀ ਏ ਸੀ ਵਿਲ ਕੰਟੈਕਟ ਯੂ, ਰੀਸ਼ਡਿਊਲ ਯੂਅਰ ਅਪੁਆਇੰਟਮੈਂਟ। ਇੰਡੀਆ 'ਚ ਕਿੱਥੇ ਕਿੱਥੇ ਵੀ ਏ ਸੀਜ਼ ਨੇ, ਵੀਜ਼ਾ ਐਪਲੀਕੇਸ਼ਨ ਸੈਂਟਰ ਸਾਈਟ ਤੋਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ। ਬਟ ਮੋਸਟ ਆਫ ਦ ਕੇਸਿਸ ਦੇ ਵਿੱਚ ਅੱਜ ਜ਼ਿਆਦਾਤਰ ਵੀ ਏ ਸੀ ਜਲੰਧਰ ਵਾਲਾ ਵੀ ਬੰਦ ਹੈ, ਦੈਨ ਵੀ ਕੈਨ ਸਰਚ ਚੰਡੀਗੜ੍ਹ। ਚੰਡੀਗੜ੍ਹ ਵੀ ਟੈਂਪਰਰੀ ਕਲੋਜ਼ਡ ਹੈ। ਦੈਨ ਦੇਰ ਇਜ਼ ਨਿਊ ਦਿੱਲੀ, ਨਿਊ ਦਿੱਲੀ ਵੀ ਕਲੋਜ਼ ਹੈ। ਜਦੋਂ ਇਹ ਵੀ ਏ ਸੀਜ਼ ਓਪਨ ਹੋ ਜਾਣਗੇ, ਵੀਜ਼ਾ ਐਪਲੀਕੇਸ਼ਨ ਸੈਂਟਰ ਇੱਕ ਤਰ੍ਹਾਂ ਦਾ ਕੋਰੀਅਰ ਦਾ ਕੰਮ ਕਰਦੇ ਇਹ ਲੋਕ, ਇਹਨਾਂ ਨੇ ਤੁਹਾਡਾ ਪਾਸਪੋਰਟ ਅੰਬੈਸੀ ਨੂੰ ਪਹੁੰਚਾਉਣਾ ਹੁੰਦਾ ਔਰ ਤੁਹਾਡੇ ਬਾਇਓਮੈਟ੍ਰਿਕਸ ਲੈਣੇ ਹੁੰਦੇ ਆ। ਜਿੱਦਾਂ ਵੀ ਏ ਸੀਜ਼ ਖੋਲਣਗੇ ਤੁਸੀਂ ਆਪਣੇ ਬਾਇਓਮੈਟ੍ਰਿਕਸ ਦੇ ਸਕਦੇ ਜੇ। ਬੜਾ ਸਿੰਪਲ ਪ੍ਰੋਸੈਸ ਹੈ। ਅੱਜ ਕਰੋਨਾ ਵਾਇਰਸ ਦੇ ਦੌਰਾਨ ਜੇ ਤੁਸੀਂ ਅਪਲਾਈ ਕਰਦੇ ਹੋ, ਤੁਸੀਂ ਜਨਰਲ ਕੈਟਾਗਰੀ 'ਚ ਅਪਲਾਈ ਕਰਦੇ ਹੋ, ਤੁਸੀਂ ਆਇਲਸ ਵੀ ਨਹੀਂ ਕੀਤੀ ਤਾਂ ਵੀ ਅਪਲਾਈ ਹੋ ਸਕਦਾ। ਤੁਸੀਂ ਜਨਰਲ ਕੈਟਾਗਰੀ 'ਚ ਅਪਲਾਈ ਕਰਨਾ, ਤੁਹਾਡੇ ਕੋਲ ਜੀ ਆਈ ਸੀ ਨਹੀਂ ਹੈਗਾ ਤਾਂ ਵੀ ਅਪਲਾਈ ਹੋ ਜਾਣਾ। ਤੁਸੀਂ ਕਾਲਜ ਦੀ ਫੀਸ ਨਹੀਂ ਵੀ ਤਾਰੀ, ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਜੀ ਹਾਂ, ਜੇ ਤੁਸੀਂ ਐਸ ਡੀ ਐਸ 'ਚ ਅਪਲਾਈ ਕਰਨਾ, ਇਫ ਯੂ ਆਰ ਲੁਕਿੰਗ ਐਸ ਡੀ ਐਸ, ਪਹਿਲਾਂ ਤਾਂ ਤੁਹਾਨੂੰ ਸਾਲ ਦੀ ਫੀਸ ਤਾਰਨੀ ਪੈਣੀ ਹੈ, $10,000 ਭੇਜਣੇ ਪੈਣੇ ਔਰ 6 ਬੈਂਡ ਈਚ ਆਇਲਸ ਦੇ ਲੈਣੇ ਪੈਣੇ। ਹੁਣ ਜਿੱਦਾਂ ਅੱਜ ਦੀ ਡੇਟ 'ਚ ਆ ਕਿ ਆਇਲਸ ਹੀ ਬੰਦ ਹੈ, ਆਇਲਸ ਹੀ ਨਹੀਂ ਹੁੰਦੀ ਗੀ। ਸੋ ਜਦੋਂ ਆਇਲਸ ਹੀ ਨਹੀਂ ਹੋ ਰਹੀ, ਸੋ ਆਈ ਡੋਂਟ ਥਿੰਕ ਸੋ ਦੇਰ ਇਜ਼ ਐਨੀ ਆਪਸ਼ਨ। ਜਿਹਨਾਂ ਨੇ ਐਸ ਡੀ ਐਸ 'ਚ ਲਾਉਣੀ ਹੈ ਉਹ ਲੋਕ ਵੇਟ ਕਰੋ। ਤੁਸੀਂ ਜਨਰਲ 'ਚ ਲਾਉਣੀ ਹੈ, ਤੁਸੀਂ ਡਲਿੰਗੋ ਟੈਸਟ ਕਰ ਲਓ, ਪੀ ਟੀ ਕਰ ਲਓ। ਤੁਹਾਡੇ ਆਇਲਸ ਦੇ ਵਿੱਚ ਬੈਂਡ 5 ਨੇ, 5.5 ਨੇ, 6 ਨੇ, ਵਟ ਐਵਰ ਇਟ ਇਜ਼, ਯੂ ਕੈਨ ਅਪਲਾਈ। ਇਹ ਉਹ ਇਨਫੋਰਮੇਸ਼ਨ ਹੈ ਜੋ ਕੈਨੇਡੀਅਨ ਅੰਬੈਸੀ ਦੀ ਸਾਈਟ 'ਤੇ ਹੈ। ਥੋੜ੍ਹਾ ਜਿਹਾ ਆਪ ਵੀ ਇਹਨੂੰ ਝਾਤ ਮਾਰਿਓ, ਨਹੀਂ ਸਮਝ ਲੱਗੂਗੀ ਸਾਡੇ ਨਾਲ ਵੀ ਕੰਟੈਕਟ ਕਰ ਲਿਓ, ਅਦਰਵਾਈਜ਼ ਕਿਸੇ ਵੀ ਏਜੰਸੀ ਤੋਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਸਕਦੀ ਹੈ। ਧੰਨਵਾਦ ਤੁਹਾਡਾ ਸਾਰੇ ਦੋਸਤਾਂ ਨਾਲ, ਦੁਬਾਰਾ ਜਲਦੀ ਮਿਲਦੇ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ। ਥੈਂਕ ਯੂ।